ਰਸ਼ਨੀਤ ਕੌਰ ਹੈ ਤੇ ਮੈਂ ਮਰਿੰਡੇ ਦੀ ਰਹਿਣ ਵਾਲੀ ਹਾਂ। ਮੈਨੂੰ 1 ਸਾਲ ਤੋਂ ਪਾਇਲਟ ਦੀ ਪ੍ਰੋਬਲਮ ਸੀ। ਪਤਾ ਲੱਗਿਆ ਕਿ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ ਸਰਹੰਦ ਵਿੱਚ ਕੈਂਪ ਲਗਾਇਆ ਜਾ ਰਿਹਾ ਤੇ ਉਹਨਾਂ ਨੇ ਮੇਰਾ ਚੈੱਕਅਪ ਕੀਤਾ ਤੇ ਮੈਨੂੰ ਆਪਰੇਸ਼ਨ ਲਈ ਰਾਣਾ ਕਲੀਨਿਕ ਵਿੱਚ ਭੇਜਿਆ। ਇੱਥੇ ਮੇਰਾ ਆਪਰੇਸ਼ਨ ਬਿਲਕੁਲ ਫ੍ਰੀ ਹੋ ਗਿਆ ਤੇ ਮੈਂ ਠੀਕ ਠਾਕ ਘਰ ਜਾ ਰਹੀ ਹਾਂ ਤੇ ਇੱਥੋਂ ਦੇ ਸਟਾਫ ਨੇ ਮੇਰੀ ਬਹੁਤ ਕੇਅਰ ਕੀਤੀ। ਮੈਂ ਧੰਨਵਾਦ ਕਰਦੀ ਹਾਂ ਰਾਣਾ ਹੋਸਪਿਟਲ ਔਰ ਵਿਸ਼ਵ ਜਾਗ੍ਰਿਤੀ ਮਿਸ਼ਨ ਦੀ। ਮੇਰਾ ਨਾਮ ਊਸ਼ਾ ਰਾਣੀ ਹੈ, ਮੈਂ ਨਾਭੇ ਤੋਂ ਆਈ ਹਾਂ। ਮੈਂ ਇੱਥੇ ਨਾ ਸਰਹੰਦ ਰੋਡ ਤੇ ਕੈਂਪ ਲੱਗਿਆ ਸੀ VJM ਦਾ, ਉਸ ਕਰਕੇ ਉੱਥੇ ਮੈਂ ਚੈੱਕਅਪ ਵਾਸਤੇ ਗਈ ਸੀ ਤੇ ਉੱਥੇ ਵੀ ਮੇਰਾ ਚੈੱਕਅਪ ਬਿਲਕੁਲ ਹੀ ਫ੍ਰੀ ਹੋਇਆ। ਪਰ ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਦੇ ਵਿੱਚ ਭੇਜਿਆ ਹੈ। ਰਾਣਾ ਹੋਸਪਿਟਲ ਵਾਲਿਆਂ ਨੇ ਮੇਰਾ ਬਾਬਾ ਸਾਹਿਬ ਦਾ ਆਪਰੇਸ਼ਨ ਕਰਿਆ, ਆਪਰੇਸ਼ਨ ਬਿਲਕੁਲ ਹੀ ਉਹਨਾਂ ਨੇ ਫ੍ਰੀ ਕਰਿਆ ਹੈ। ਮੈਂ ਉੱਥੋਂ ਠੀਕ ਠਾਕ ਘਰ ਹੋ ਕੇ ਹੁਣ ਵਾਪਸ ਜਾ ਰਹੀ ਹਾਂ। ਮੈਂ ਧੰਨਵਾਦ ਕਰਦੀ ਹਾਂ ਰਾਣਾ ਹੋਸਪਿਟਲ ਵਾਲਿਆਂ ਦਾ। ਮੇਰਾ ਨਾਮ ਗੁਰਬਾਜ ਸਿੰਘ ਹੈ ਜੀ, ਮੈਂ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਜੀ। ਔਰ ਮੈਨੂੰ ਪਤਾ ਲੱਗਿਆ ਸੀਗਾ ਇੱਥੇ ਕੈਂਪ ਲੱਗਿਆ ਸੀ ਸਰਹੰਦ ਦੇ ਵਿੱਚ ਬਾਬਾ ਸਾਹਿਬ ਦਾ, ਅਤੇ ਮੈਂ ਉੱਥੇ ਆਇਆ ਜੀ। ਅਤੇ ਉਸ ਤੋਂ ਬਾਅਦ ਮੇਰਾ ਇੱਥੇ ਜਿਹੜਾ ਰਾਣਾ ਹੋਸਪਿਟਲ ਦੇ ਵਿੱਚ ਆਪਰੇਸ਼ਨ ਹੋ ਗਿਆ। ਮੇਰਾ ਆਪਰੇਸ਼ਨ ਜਿਹੜਾ ਹੋਇਆ ਜੀ ਇੱਥੋਂ ਬਿਲਕੁਲ ਫ੍ਰੀ ਹੋਇਆ ਅਤੇ ਮੈਂ ਰਾਣਾ ਹੋਸਪਿਟਲ ਦਾ ਔਰ ਜਿਨ੍ਹਾਂ ਨੇ ਕੈਂਪ ਅਰੇਂਜ ਕੀਤਾ ਹੈਗਾ ਮੈਂ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਮੇਰਾ ਨਾਮ ਸਤਵਿੰਦਰ ਕੌਰ ਹੈ ਅਤੇ ਮੈਂ ਮੋਹਾਲੀ ਦੀ ਰਹਿਣ ਵਾਲੀ ਹਾਂ। ਅਤੇ ਮੈਨੂੰ ਪਤਾ ਲੱਗਿਆ ਸੀਗਾ, ਮੈਨੂੰ ਪ੍ਰੋਬਲਮ ਸੀਗੀ ਬਾਬਾ ਸਾਹਿਬ ਦੀ 2 ਸਾਲ ਤੋਂ। ਮੇਰੇ ਇੱਥੇ ਰਿਲੇਟਿਵਸ ਨੇ ਮੈਨੂੰ ਦੱਸਿਆ ਕਿ ਕੈਂਪ ਲੱਗ ਰਿਹਾ ਹੈ। ਮੈਨੂੰ ਉੱਥੇ ਜਦੋਂ ਚੈੱਕਅਪ ਕਰਵਾਇਆ ਗਿਆ ਅਤੇ ਮੇਰਾ ਆਪਰੇਸ਼ਨ ਲਿਖਿਆ ਗਿਆ ਅਤੇ ਮੈਨੂੰ ਰਾਣਾ ਹੋਸਪਿਟਲ ਜੋ ਕਿ ਸਰਹੰਦ ਵਿੱਚ ਹੈ ਉੱਥੇ ਮੈਨੂੰ ਭੇਜਿਆ ਗਿਆ। ਔਰ ਅੱਜ ਮੇਰਾ ਆਪਰੇਸ਼ਨ ਸੀਗਾ, ਸਕਸੈਸਫੁਲੀ ਮੇਰਾ ਆਪਰੇਸ਼ਨ ਠੀਕ ਹੋ ਗਿਆ ਅਤੇ ਮੈਂ ਹੁਣ ਠੀਕ ਹਾਂ। ਥੈਂਕਫੁਲ ਕਰਦੀ ਹਾਂ ਰਾਣਾ ਹੋਸਪਿਟਲ ਦਾ ਅਤੇ VJ ਕੈਂਪ ਦਾ। ਨਮਸਕਾਰ, ਮੇਰਾ ਨਾਮ ਗੁਰਦਿਆਲ ਸਿੰਘ ਹੈ, ਮੈਂ ਹਿਮਾਚਲ ਪ੍ਰਦੇਸ਼ ਸੇ ਹੂੰ, ਬਿਲਾਸਪੁਰ ਡਿਸਟ੍ਰਿਕਟ ਸੇ। ਮੇਰੇ ਕੋ 3-4 ਸਾਲ ਸੇ ਬਾਬਾ ਸਾਹਿਬ ਕੀ ਪ੍ਰੋਬਲਮ ਥੀ ਤੋ ਮੇਰੇ ਕਿਸੀ ਰਿਸ਼ਤੇਦਾਰ ਨੇ ਯਹਾਂ ਪੇ ਪਹਿਲੇ ਆਪਰੇਸ਼ਨ ਕਰਾਇਆ ਥਾ ਤੋ ਉਸਕਾ ਬਹੁਤ ਅੱਛਾ ਰਿਜ਼ਲਟ ਥਾ। ਉਹਨਾਂ ਨੇ ਮੇਰੇ ਕੋ ਇਸਕੇ ਬਾਰੇ ਮੈਂ ਬਤਾਇਆ ਥਾ ਯਹਾਂ ਰਾਣਾ ਹੋਸਪਿਟਲ ਕੇ। ਉਸਕੇ ਬਾਅਦ ਮੈਂ ਇੱਕ ਦੋ ਵਾਰ ਬੀਚ ਮੈਂ ਦਵਾਈ ਲੈਣੇ ਆਇਆ, ਫਿਰ ਇਹਨਾਂ ਨੇ ਬੋਲਿਆ ਕਿ ਕੈਂਪ ਲੱਗਦਾ ਹੈ ਯਹਾਂ। ਕੈਂਪ ਮੈਂ ਆਇਆ ਥਾ ਤੋ ਵਹਾਂ ਪੇ ਮੇਰਾ ਚੈੱਕਅਪ ਵਗੈਰਾ ਹੋਇਆ ਥਾ ਫ੍ਰੀ ਸਾਰਾ। ਫਿਰ ਉਸਕੇ ਬਾਅਦ ਉਹਨਾਂ ਨੇ ਰਾਣਾ ਹੋਸਪਿਟਲ ਮੈਂ ਭੇਜ ਲਿਆ, ਮੇਰੇ ਕੋ ਡੇਟ ਦੀ ਥੀ ਤੋ ਅਬ ਮੇਰਾ ਆਪਰੇਸ਼ਨ ਬਹੁਤ ਠੀਕ ਠਾਕ ਹੋ ਗਿਆ। ਮੈਂ ਧੰਨਵਾਦ ਕਰਤਾ ਹੂੰ ਸਾਰੇ ਸਟਾਫ ਕਾ, ਬਹੁਤ ਅੱਛਾ ਸਟਾਫ ਹੈ ਸਰ। ਮੇਰਾ ਨਾਮ ਨਿਰਮਲ ਕੌਰ ਹੈ, ਮੈਂ ਯੂਨੀਕੋਡ ਦੇ ਰਹਿਣ ਵਾਲੀ ਹਾਂ। ਮੇਰੀ ਬੇਟੀ ਨੂੰ ਬਾਬਾ ਸਾਹਿਬ ਦੇ 4-5 ਸਾਲ ਦੇ ਦਿੱਕਤ ਸੀ, ਸਾਨੂੰ ਪਤਾ ਲੱਗਿਆ ਕਿ ਸਰਹੰਦ ਦੇ ਵਿੱਚ ਕੈਂਪ ਲੱਗ ਰਿਹਾ ਸੀ। ਅਸੀਂ ਉੱਥੋਂ ਚੈੱਕ ਕਰਾਇਆ ਅਤੇ ਰਾਣਾ ਹਸਪਤਾਲ ਸਾਨੂੰ ਬਹੁਤ ਬਿਲਕੁਲ ਫ੍ਰੀ ਆਪਰੇਸ਼ਨ ਹੋ ਗਿਆ ਜੀ, ਬਿਲਕੁਲ ਦਵਾਈਆਂ ਫ੍ਰੀ ਮਿਲੀਆਂ। ਅਸੀਂ ਠੀਕ ਠਾਕ ਆਪਣੀ ਬੇਟੀ ਨੂੰ ਘਰ ਲੈ ਜਾ ਰਹੇ ਹਾਂ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਸਾਰਿਆਂ ਦਾ, ਬਹੁਤ ਵਧੀਆ ਆਪਰੇਸ਼ਨ ਹੋਇਆ ਜੀ, ਠੀਕ ਠਾਕ ਆਪਣੇ ਘਰ ਜਾ ਰਹੇ। ਮੇਰਾ ਨਾਮ ਸਰਮੁਖ ਸਿੰਘ ਜੀ, ਮੈਂ ਰੋਪੜ ਤੋਂ ਰਹਿਣ ਵਾਲਾ। ਮੈਨੂੰ ਬਾਬਾ ਸਾਹਿਬ ਦੀ 4-5 ਸਾਲ ਤੋਂ ਪ੍ਰੋਬਲਮ ਥੀ, ਪਤਾ ਲੱਗਿਆ ਸਰਹੰਦ ਦੇ ਵਿੱਚ ਬਾਬਾ ਸਾਹਿਬ ਦਾ ਫ੍ਰੀ ਕੈਂਪ ਲੱਗ ਰਿਹਾ ਹੈ। ਮੈਨੂੰ ਉਹਨਾਂ ਨੇ ਚੈੱਕ ਕਰਿਆ, ਉਹਤੇ ਬਾਅਦ ਮੈਨੂੰ ਰਾਣਾ ਹੋਸਪਿਟਲ ਭੇਜ ਦਿੱਤਾ। ਮੇਰਾ ਆਪਰੇਸ਼ਨ ਬਿਲਕੁਲ ਫ੍ਰੀ ਹੋ ਗਿਆ, ਹੁਣ ਮੈਂ ਠੀਕ ਠਾਕ ਹਾਂ, ਘਰ ਜਾ ਰਿਹਾ ਹਾਂ। ਧੰਨਵਾਦ ਕਰਦਾ ਹਾਂ ਰਾਣਾ ਹੋਸਪਿਟਲ ਵਾਲਿਆਂ ਦਾ ਤੇ ਕੈਂਪ ਵਾਲਿਆਂ ਦਾ। ਮੇਰਾ ਨਾਮ ਕਰਮਜੀਤ ਸਿੰਘ ਹੈ, ਮੈਂ ਲਾਣੀਆਂ ਫਤਿਹਗੜ੍ਹ ਤੋਂ ਰਹਿਣ ਵਾਲਾ। ਮੈਨੂੰ ਬਾਬਾ ਸਾਹਿਬ ਦੀ 2 ਸਾਲ ਤੋਂ ਪ੍ਰੋਬਲਮ ਸੀਗੀ। ਮੈਨੂੰ ਪਤਾ ਲੱਗਿਆ ਕਿ ਵਿਸ਼ਵ ਜਾਗ੍ਰਿਤੀ ਵੱਲੋਂ ਫ੍ਰੀ ਕੈਂਪ ਲਗਾਇਆ ਜਾ ਰਿਹਾ ਅਤੇ ਉਹਨਾਂ ਨੇ ਮੇਰਾ ਉੱਥੇ ਚੈੱਕਅਪ ਕੀਤਾ ਅਤੇ ਮੈਨੂੰ ਰਾਣਾ ਹੋਸਪਿਟਲ ਆਪਰੇਸ਼ਨ ਵਾਸਤੇ ਭੇਜ ਦਿੱਤਾ ਗਿਆ। ਮੇਰਾ ਇੱਥੇ ਆਪਰੇਸ਼ਨ ਅੱਜ ਸੀਗਾ, ਮੈਂ ਬਿਲਕੁਲ ਠੀਕ ਹਾਂ। ਬਹੁਤ ਧੰਨਵਾਦ ਕਰਦਾ ਹਾਂ ਰਾਣਾ ਹੋਸਪਿਟਲ ਅਤੇ ਵਿਸ਼ਵ ਜਾਗ੍ਰਿਤੀ ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਦਿੱਤਾ। ਮੇਰਾ ਨਾਮ ਜੀ ਜਸਰਾਤ ਸਿੰਘ ਹੈ, ਮੈਂ ਜਸਰਾਣੀ ਦਾ ਰਹਿਣ ਵਾਲਾ ਹਾਂ। ਮੇਰੀ 5-6 ਸਾਲ ਤੋਂ ਮੇਰੀ ਦਿੱਕਤ ਵੀ ਬਾਬਾ ਸ਼ੇਰ ਦੀ, ਮੈਨੂੰ ਪਤਾ ਲੱਗਿਆ ਵੀ ਸਰਹੰਦ ਜੀ ਆਪਣਾ ਵੀ ਚੈੱਕਅਪ ਆ ਰਿਹਾ ਜੀ, ਕੈਂਪ ਲੱਗ ਰਿਹਾ। ਮੈਂ ਉੱਥੇ ਗਿਆ ਜੀ, ਕਹਿੰਦੇ ਉਹਨੇ ਰਾਣਾ ਹੋਸਪਿਟਲ ਭੇਜਤਾ ਜੀ, ਉੱਥੇ ਮੇਰਾ ਜੀ ਮੇਰਾ ਆਪਰੇਸ਼ਨ ਹੋ ਗਿਆ। ਮੈਂ ਆਪਰੇਸ਼ਨ ਵੀ ਫ੍ਰੀ ਹੋ ਗਿਆ ਜੀ। ਧੰਨਵਾਦ ਕਰਦਾ ਰਾਣਾ ਹੋਸਪਿਟਲ ਦਾ, ਬਾਕੀ ਬਾਕੀ ਕੈਂਪ ਵਾਲਿਆਂ ਦਾ।